मौला बख्श, मौला बख्श, मौला बख्श, मौला बख्श। ਮੈਂ ਕਿਹਾ ਸੁਣਿਓ ਕਿੱਥੋਂ ਆਇਓ ਤੇ ਕੀ ਨਾਂ ਹੈ ਤੁਹਾਡਾ? ਸਾਡੇ ਪਾਣੀ ਆਇਆ ਹੈਗਾ ਸੀ, ਅਸੀਂ ਆਪਣੇ ਘਰ ਛੱਡ ਕੇ ਇੱਥੇ ਵਸਣਾ ਪਿਆ ਇੱਕ ਨੂੰ। ਅੱਛਾ ਜੀ, ਤੇ ਉਹ ਸਿਲਾ ਬਣ ਰਿਹਾ ਠੁੱਕਾ ਵਾਲਾ? ਹਾਂ, ਹਲਾ ਹਲਾ ਉਦੋਂ ਛੱਡ ਕੇ ਇੱਥੇ ਆ ਗਈ ਹੈ ਤੇ ਨਾਲੇ ਮੈਂ ਆਪਦਾ ਤੇ ਨਾਮ ਨਹੀਂ ਛੇਤੀ ਦੱਸਿਆ। ਉਹ ਨਾਂ ਤੇ ਤੈਨੂੰ ਦੱਸਣਾ ਪਉਸੀ, ਆਖਿਰ ਸਾਡੇ ਚੱਕ ਕੇ ਚਾਈ ਬੈਠੀ ਹੈ। ਓਏ ਮਾਇਆ, ਚੱਕ ਦਾ ਅੱਲਾ ਦੀ ਬੰਦੀਆ ਫਨੀ ਹੋਰ ਬੰਦਾ, ਉਹ ਟੋਣ ਟੋਣਾ ਲਈ ਬਣੀ ਹੈ, ਉਹ ਉੱਠੇ ਕਿ ਉੱਠਣੀ ਹੈ? बंदा बड़ा ढीठ जिया तेरे नाल, बहुत ही ढीठ है। मोर ते पेचा सोना पौसी बल्ले, लै भाई सोने रन तो डाठी सोनी है, झांझर आली मजल सोना करती वधीए ते परांदा भी ऐडा लम्मा ठोकी वधीए जी। उठा तू तो चाह सलाए की है क्या? मगर मगर हारना चली कहते, कोई गल नहीं, रांदे मगरा पे हाँ। पता है न किधे वाकी हैं सारे। दुध ले लो बाऊ, दियो इत्थे बाहर खलोते लेना, कोई बीबी नहीं है घर। छह साल हो गए मेरी समाणी नु मोया। हाय हाय, तेनु इन्नी याद आ गई अपनी समाणी दी के तू रोण ही लग गई। तेनु की दसा बैड़िए, सारी तेरे विचु मैनु अपनी समाणी दिसी है। आए अख मोटी मोटी उसे तरह, आए पतला लम्मा नक सारा उसे ते, कद बोत हड काट सारे उसे आले, बल्कि जबान ही त्रिखी उंजे उसे तरह। तेन शर्म काई नहीं आंदी? ऐसा गला तो रब ने तेरे को सुवानी खोली है, तेरी एडी लम्बी जुबान खाई है। मैं तो देखूं बुलेंदा ही ना मुंह, मैं के करा, मैं बेवस हो गया तैनू वेख के, छह साल ना विच होया मैं सुवानी कोल। दफा बदतमीज जिया ना होवे ते। ए हाथी तेरा उसे इतना भारा। वे मैं तेरे ऐसे तू चपेड़ मारी है के राह जांदी रन नु तू कदी मजाक ना करे। से मैं कदी भी किसे ਵੀ ਬੈਣ ਨੂੰ ਜਾਂਦੇ ਛੇੜਿਆ ਨਹੀਂ। ਇਹ ਤਾਂ ਤੇਰੇ ਵਿੱਚ ਮੈਨੂੰ ਸਾਰਾ ਕੁਝ ਆਪਣੀ ਸਵਾਣੀ ਵਾਲਾ ਨਜ਼ਰ ਆ ਰਿਹਾ। ਮੈਂ ਕੀ ਕਰਾਂ, ਮੈਂ ਬੇਵੱਸ ਹੋ ਗਿਆ, ਮੇਰੇ ਵੱਸ ਚ ਨਹੀਂ। ਇਹ ਤੇਰੇ ਪਿੰਡ ਦਾ ਕੜੀਆ ਜਵਾਨ ਮੇਰੇ ਦਿਲ ਚ ਵਸ ਗਿਆ। ਐਡੇ ਐਡੀਆਂ ਉਹਦੀਆਂ ਮੁੱਛਾਂ ਤੇ ਐਡੀ ਮੋਟੀ ਅੱਖ, ਹੋ ਸਕਦਾ ਅਸੀਂ ਇੱਕ ਤੂੰ ਦੋ ਹੋ ਜਾਵੀਏ ਤੇ ਖਬਰਦਾਰ, ਮੇਰਾ ਰਾਸਤਾ ਢੱਕਣ ਦੀ ਜੁਰਤ ਕੀਤੀ ਤੇਰਾ ਮੈਂ ਮੂੰਹ ਤੋੜ ਦਿਆਂਗਾ। ਮੈਂ ਅੱਗੇ ਆਣਾ, ਕਿਉਂ ਮੈਨੂੰ ਘਾਹ ਨਹੀਂ ਪੈਂਦੀ ਪਈ ਹੈ? अच्छा मेरी बहन, टाइम नाल सफर कर। खबरदार दे अपने पलीत हाथ मेरे मुंह ते ना ला, ते मैं अज तो ओदी इमानत आ। कुत्ते फदी बतिया, तू टाइम नाल दूध वेच जा। तू कुत्ते नहीं फदी बैठा, तेरी शक्ल ही कुत्ते रंगी है। सबल धोती होई, दूध ले लो, दूध, दूध ले लो बाऊ, दूध ले लो डाचियां दा दूध। नी आपा नी बहन डाचियां दा दूध लेना जे। एक दूध लेवनी है डाचियां दा दूध लाई वानी अगे तेनु कदे इत्थे वेखिया नहीं।
ਨਹੀਂ ਬਹਿਣ ਹਰ ਸਾਲ ਅਸੀਂ ਆਵੀਦਾ ਤੇ ਤੁਹਾਡੇ ਚੱਕ ਤੋਂ ਬਾਹਰ ਬਹਿਵੀਦਾ ਤੇ ਇਸ ਗਾਰੀ ਚੋਂ ਅੰਮਾ ਸਾਡੇ ਕੋਲੋਂ ਦੁੱਧ ਲੈਂਦੀ ਸੀ ਤੇ ਨਾਲੇ ਉਸ ਅੰਮਾ ਦੀ ਤੂੰ ਕੀ ਲੱਗਣੀ ਹੈ ਮੈਂ ਉਸ ਅੰਮਾ ਦੀ ਨੋ ਲੱਗਣੀ ਆ ਹਾਂ ਅੰਮਾ ਮਰ ਗਏ ਵਿਚਾਰੇ ਤੇ ਬਹਿਣ ਪਾਣੀ ਤਾਂ ਪਿਵਾ ਚਾ ਮੈਨੂੰ ਤਾਂ ਘੰਟਾ ਹੋ ਗਈ ਹੈ ਪਿਆਸ ਬਹੁਤ ਲੱਗੀ ਹੈ ਮੈਂ ਕਿਹਾ ਚਲੋ ਮੈਂ ਅੰਮਾ ਕੋਲੋਂ ਜਾ ਕੇ ਪੀ ਲੈਂਦੀ ਲੇਕਿਨ ਮੈਨੂੰ ਅੰਮਾ ਦਾ ਬੜਾ ਅਫਸੋਸ ਲੱਗਾ ਖਲੈ ਕੀ ਕਰੀਏ ਅੱਲਾ ਦੀ ਮਰਜ਼ੀ ਆ ਜਾ ਪਾਣੀ ਪੀ ਲੈ ਸਵਾਦ ले आनी बाजी बिस्मिल्ला मैनू घंटा हो गया प्यास लगी ते मैं चलो उस घर चो जा खानी ਕੋਈ ਨੀ ਜਿੰਨਾ ਮਰਜ਼ੀ ਪਾਣੀ ਪੀ ਰੋਟੀ ਦੀ ਸੁਣਾ ਜੇ ਰੋਟੀ ਖਾਣੀ ਤੇ ਰੋਟੀ ਹੀ ਲੱਭ ਜਾਸੀ ਨਹੀਂ ਭੈਣ ਅੱਲਾ ਬਹੁਤਾ ਦੇਵੇ ਤੇ ਮੈਨੂੰ ਇਹ ਦੱਸ ਤੇਰਾ ਮੀਆਂ ਕੀ ਕੰਮ ਕਰਦਾ ਹੈ ਮੀਆਂ ਮੇਰਾ ਮਿਸਤਰੀਆਂ ਦਾ ਕੰਮ ਕਰਦਾ ਤੇ ਕੰਮ ਤੇ ਗਿਆ ਹੈ ਅੱਛਾ ਬਾਜੀ ਕਿੰਨਾ ਦੁੱਧ ਲੈਣਾ ਹੈਗਾ ਤੁਸੀਂ ਫਿਰ ਜਿੰਨਾ ਲੈਣਾ ਹੈ ਤਾਂ ਬਾਂਡਾ ਲੈ ਆ ਬਾਜੀ ਅਸੀਂ ਕੀ ਕਰਨਾ ਦੁੱਧ ਨੂੰ ਦੁੱਧ ਤੇ ਅਸੀਂ ਜੀ ਆ ਉਹ ਮੇਰਾ ਸਾਈਂ ਚਾਹ ਪੀਂਦਾ ਨਹੀਂ ਤੇ ਮੈਂ ਪੀਣੀ ਆ ਸਾਡੀ ਬੱਕਰੀ ਲਿਆਰੀ ਖੋਤੀ ਮੈਂ ਉਹਦੀ ਚੋਕ ਚਾਹ ਬਣਾ ਲੈਣੀ ਆ ਚਲ ਬਾਜੀ ਗਣਾ ਨਹੀਂ ਤਾਂ ਤੂੰ 2 ਕਿਲੋ ਦੁੱਧ ਲੈ ਲੈ ਬਾਜੀ ਮੈਂ 1 ਕਿਲੋ ਨਹੀਂ ਲੈਣੀ ਅਸੀਂ ਡਾਚੀਆਂ ਦਾ ਦੁੱਧ ਕਦੀ ਨਹੀਂ ਪੀਤਾ ਅੱਛਾ ਬਾਜੀ ਫਿਰ ਇੰਜ ਕਰ 200 ਰੁਪਈਆ ਦੇ ਚਾ ਫਿਰ ਸਵੇਰ ਨੂੰ ਮੈਂ ਦੁੱਧ ਵੇਚਣਾ ਆਣਾ ਉਹਦੇ ਲੈ ਲਵੀ ਤੂੰ ਲੈ ਬਾਜੀ ਮੇਰਾ ਸਾਈਂ ਘਰ ਕੋਈ ਨਹੀਂ ਤੇ ਮੈਂ ਤੈਨੂੰ 200 ਕਿਦੋਂ ਦੇਵਾਂ ਚਲੋ ਠੀਕ ਹੈ ਬਾਜੀ ਕੋਈ ਗੱਲ ਨਹੀਂ ਬੰਦੇ ਕੋ ਕਿਸੇ ਵੇਲੇ ਨਹੀਂ ਵੀ ਹੁੰਦੇ ਕੋਈ ਗੱਲ ਨਹੀਂ ਅੱਲਾ ਭਲਾ ਕਰੀ ਚੰਗਾ ਬਾਜੀ ਮੈਂ ਮੁੜ ਜਾਨੀ ਮੈਂ ਅੱਗਾ ਵੀ ਜਾ ਕੇ ਦੁੱਧ ਵੇਚਣਾ ਹੈ ਮੇਰਾ ਸਾਰੇ ਸਾਰਾ ਦੁੱਧ ਕੀ ਹੈ ਵੇਚਣ ਵਾਲਾ ਮੇਰੇ ਕੋਲ ਹੁੰਦੇ ਤਾਂ ਮੈਂ ਸਦਕੇ ਹੀ ਨਾ ਕਰਾਂ ਮੈਂ ਤੈਨੂੰ ਦੇਵਾਂ 200 ਕੋਈ ਗੱਲ ਨਹੀਂ ਬਾਜੀ ਕੁਝ ਨਹੀਂ ਹੁੰਦਾ ਇੱਕ ਮਿੰਟ ਦਿਨ ਪਤਾ ਨਹੀਂ ਅੱਜ ਕਿਹੜੀ ਕੁ ਮੁਸੀਬਤ ਆਈ ਐਸਾ ਬੰਦਾ ਹੈ ਨਾ ਜੋ ਸਾਰੇ ਪੈਸੇ ਜੇਬ ਵਿੱਚ ਗੱਤ ਕੇ ਟੋਰ ਪੁੰਦਾ ਦੁੱਧ ਲੈ ਲਓ ਦੁੱਧ ਬਾਜੀ ਦੁੱਧ ਲੈ ਲਓ ਡਾਚੀਆਂ ਦਾ ਦੁੱਧ ਕੀ ਗੱਲ ਸੁਣਿਓ ਦੁੱਧ ਵਿੱਚ ਇੰਨੀਆਂ ਦੁੱਧ ਲੈ ਲਓ ਬਾਜੀਆਂ ਨੂੰ ਆਵਾਜ਼ ਮਾਰੋ ਅੰਦਰ ਕੀ ਰੇਟ ਹੈ ਦੁੱਧ ਬਾਜੀ ਨੇ ਵੀ ਆਵਾਜ਼ ਮਾਰਦੀ ਹੈ ਫਿਰ ਦੁੱਧ ਦਾ ਰੇਟ ਤਾਂ ਦੱਸੋ 100 ਰੁਪਏ ਕਿਲੋ ਹੈ ਦੁੱਧ ਡੱਬੇ ਦੇ ਮੂੰਹ ਵਾਲਾ ਨਾ ਹੋਵੇ ਤਾਂ ਮੇਰੇ ਨਾਲ ਬਹੁਤਾ ਮੂੰਹ ਨਾ ਮਾਰ ਅੰਦਰੂ ਬਰਤਨ ਮਗਵਾ ਤੇ ਦੁੱਧ ਲੈ ਲੈ ਨਾਲੇ ਮੈਂ ਤੇਰੇ ਮੂੰਹ ਤੇ ਚਮਾਟ ਮਾਰਸਾਂ ਤੇ ਤੇਰੇ ਬੱਤੀ ਦੇ ਬੱਤੀ ਦੰਦ ਉਹ ਜਾ ਪਾਉਨੇ ਨੇ ਓਏ ਐਡਾ ਹੁਸਨ ਤੇ ਮਾਨ ਨਹੀਂ ਕਰੀਦਾ ਇਸ ਹੁਸਨ ਨੂੰ ਇੱਕ ਦਿਨ ਨੂੰ ਮਿੱਟੀ ਨੇ ਖਾ ਜਾਣਾ ਮੇਰੇ ਖਾਬਰ ਸ਼ਹਜ਼ਾਦਾ ਹੋਰ ਨਾਲੇ ਮੈਂ ਉਹਦੇ ਨਾਲ ਮਿੱਟੀ ਦੀ ਮਿੱਟੀ ਹੋਣਾ ਨਾਲੇ ਹੈ ਵੀ ਤੁਹਾਡੇ ਪਿੰਡ ਦਾ ਉਹ ਸੋਹਣਿਓ ਕੋਈ ਗੱਲ ਨਹੀਂ ਇਹ ਤੁਹਾਡੀ ਮਰਜ਼ੀ ਦੀ ਗੱਲ ਨੇ ਨਾ ਬਕਵਾਸ ਬੰਦ ਕਰਤੇ ਅੰਦਰੂ ਬਰਤਨ ਮਗਵਾ ਲੈ ਮੇਰੇ ਨਾਲ ਚਬੜ ਚਬੜ ਕਰੀ ਜਾਣਾ ਹਾਏ ਹਾਏ ਤੂੰ ਤਾਂ ਬੜੀ ਗੁੱਸੇ ਦੀ ਪਸੀ ਉਹ ਖੱਚ ਜਈਆ ਮੈਨੂੰ ਤੋ ਸਦਾ ਲਿਆ ਤੇ ਰੋਟੀ ਹਾਲੀ ਤੱਕ ਨਹੀਂ ਪਕਵਾਈ ਅਗਰ ਤੇਰੇ ਕੋ ਰੋਟੀ ਦੀ ਗੁੰਜਾਇਸ਼ ਕੋਈ ਨਹੀਂ ਨਾ ਉਹ ਥੁਜਵਾਰ ਚ ਚਿੱਬੜ ਲਾ ਕੇ ਉਹਨਾਂ ਦੀ ਚਟਣੀ ਭੂਕ ਮੈਂ ਉਹਦੇ ਨਾਲ ਖਾ ਜਾਸਾਂ ਲੈ ਖਵਾਨਾ ਤੇਈ ਉਹ ਉੱਲੂਆ ਚਿੱਬੜਾਂ ਦੇ ਮਗਰ ਤੂੰ ਹਲਕਾ ਹੋਇਆ ਬਣਾਈ ਮੈਂ ਉਹ ਤੂੰ ਗੋਸ਼ਤ ਲਾ ਉਹਨਾਂ ਦੇ ਤੇਰੇ ਵਾਸਤੇ ਰੋਟੀ ਪਕਾ ਲੈਣਾ ਇਹਦੀ ਵੱਡੀ ਕਿਹੜੀ ਗੱਲ ਹੈ ਮੈਂ ਇਸ ਗੋਸ਼ਤ ਨਾਲ ਐਵੇਂ ਚੰਗਾ ਨੀ ਬਾਜੀ ਨੀ ਬਹਿਣ ਨੀ ਦੁੱਧ ਲੈ ਲਓ ਡਾਚੀਆਂ ਦਾ ਡਾਚੀਆਂ ਦਾ ਦੁੱਧ ਲੈ ਲਓ ਅੱਗੇ ਲੈ ਬਾਜੀ ਅਸਲਾਮੁ ਅਲੈਕਮ ਵਾਲੇਕਮ ਸਲਾਮ ਮੈਂ ਨਾ ਦੁੱਧ ਵਿੱਚ ਐਨੀ ਆ ਡਾਚੀਆਂ ਦਾ ਅੱਛਾ ਤੇ ਦੁੱਧ ਲੈ ਲਓ ਕੀ ਹਿਸਾਬ ਦੇਣੀ ਹੈ ਦੁੱਧ ਵੈਸੇ 200 ਰੁਪਏ ਕਿਲੋ ਹੋਏਗਾ ਤੇ ਤੁਹਾਨੂੰ 150 ਰੁਪਏ ਕਿਲੋ ਦੇ ਦੇ ਅੱਛਾ ਬਾਜੀ ਵੈਸੇ ਨਾ ਤੂੰ ਬਹੁਤ ਅੱਛੀ ਹੈ ਕਿ ਮੇਰੇ ਤੇ ਦਿਲ ਦੇ ਵਿੱਚ ਬਹਿ ਗਈ ਹੈ ਤੂੰ ਕੀ ਵੇਖੀ ਜਾਂਦਾ ਮੈਂ ਵੇਖ ਰਿਹਾ ਜੀ ਡਾਚੀ ਦਾ ਦੁੱਧ ਕੋਈ ਨਹੀਂ ਵੇਖਿਆ ਹੋਇਆ ਮੈਨੂੰ ਬੜਾ ਸ਼ੌਂਕ ਹੈ ਡਾਚੀ ਦਾ ਦੁੱਧ ਵੇਖਣ ਦਾ ਤੇ ਉਹ ਵੇਂਦਾ ਬੈਠ ਤੇ ਗਾਗਰ ਵਿੱਚ ਵੇਖ ਮੇਰੇ ਮੂੰਹ ਤੇ ਦੁੱਧ ਦੀਆਂ ਫਿਣਕਾਂ ਪਈਆਂ ਹਨ ਅੱਛਾ ਬਾਜੀ ਦੁੱਧ ਕੀ ਹਿਸਾਬ ਦੇਣੀ ਹੈ 100 ਰੁਪਏ ਕਿਲੋ ਬਾਜੀ ਦੁੱਧ ਚੱਲਦਾ ਪਈ ਹੈ ਠੀਕ ਬਾਜੀ ਸਾਨੂੰ 5 ਕਿਲੋ ਦੁੱਧ ਦੇ ਤੇ ਜਾਵੇਂ ਠੀਕ ਹੋ ਗਿਆ ਤੁਸੀਂ ਪੈਸੇ ਦੇ ਦਿਓ ਤੇ ਦੁੱਧ ਲੈ ਲਓ ਦੁੱਧ ਤਾਂ ਅਸੀਂ ਲੈ ਲੈਣਾ ਜੀ ਵੈਸੇ ਇੱਕ ਤੁਹਾਨੂੰ ਗੱਲ ਕਰਾਂ ਮਹਿਸੂਸ ਤਾਂ ਨਾ ਕਰੇਸੋ ਨਹੀਂ ਨਹੀਂ ਗੱਲ ਕਰੋ ਤੁਸੀਂ ਸਾਹਿਬ ਜੀ ਇਹੋ ਜਿਹੇ ਜਿਹੜੇ ਚਿਹਰੇ ਨਾ ਗਲੀਆਂ 'ਚ ਨਹੀਂ ਸੋਹਣੇ ਲੱਗਦੇ ਘਰ ਬੈਠੇ ਰਹਿਣ ਹਿੱਕੇ ਜਗ੍ਹਾ 'ਤੇ ਤੂੰ ਬਕਵਾਸ ਬੰਦ ਕਰਕੇ ਬੈ ਸਾਡਾ ਕਾਰੋਬਾਰ ਹੈ ਸਾਡਾ ਕੰਮ ਹੈ ਅਸਾਂ ਕਰਨਾ ਹੈ ਤੇਰੀ ਜ਼ਰੂਰਤ ਕਿਵੇਂ ਪਈ ਇੰਨੀ ਗੱਲ ਕਰਨ ਦੀ ਅਗਰ ਕੋਈ
ਇਹ ਤੇਰਾ ਕਾਰੋਬਾਰ ਛਡਾਉਣਾ ਚਾਹੇ ਤਾਂ ਮੇਰਾ ਛਡਾਉਣ ਵਾਲਾ ਹੈਗਾ ਮੈਨੂੰ ਅੱਲਾ ਨੇ ਦੇ ਛੱਡਿਆ ਤੁਹਾਡੇ ਪਿੰਡ ਦਾ ਗੱਭਰੂ ਜਵਾਨ ਐਡੇੜੀ ਉਹਦੀ ਮੁੱਛ ਉਹ ਮੇਰੇ ਦਿਲ ਚ ਵਸ ਗਿਆ ਹਾਂ ਤੇ ਅਸੀਂ ਫੌਰਨ ਹੀ ਇੱਕ ਤੂੰ ਦੋ ਹੋ ਜਾਣਾ ਕਿ ਅਸੀਂ ਬੰਦੇ ਨਹੀਂ ਸੇ ਤਾਂ ਸਾਡੇ ਤੇ ਪਿਆਰ ਦੀ ਨਜ਼ਰ ਵੇਖ ਲਾ ਸ਼ਰਮ ਨਹੀਂ ਆਉਂਦੀ ਤੈਨੂੰ ਬਾਜੀ ਹੁਣ ਸਵਾਦ ਲੈ ਲਿਆ ਸ਼ਰਮ ਕਰੀ ਦੀ ਹੁੰਦੀ ਧੀ ਭੈਣ ਆ ਇਵੇਂ ਨਹੀਂ ਗੱਲ ਕਰੀ ਦੀ ਜਾ ਉੱਠੀ ਭਾਂਡਾ ਲਾਇਆ ਦੋਤ ਲੈ ਲਾ ਨਹੀਂ ਜਾ ਬਾਜੀ ਬਹਿ ਜਾ ਮੈਂ ਬਹਿਣਾ ਕੌਣ ਨਹੀਂ ਹੈਗਾ ਦੁੱਧ ਲੈਣਾ ਤੇ ਲੈ ਲਵੋ ਨਹੀਂ ਤੇ ਮੈਂ ਜਾਂਦੀ ਪਈ ਆ ਨਹੀਂ ਨਹੀਂ ਮੇਰੀ ਭੈਣ ਖਲੋ ਗਈ ਭਾਂਡਾ ਲੈਣ ਲੈ ਲੈਨੇ ਆ ਦੋਤ ਵੈਸੇ ਤੇਰੇ ਜਿਹੜੇ ਹੱਥ ਹਨ ਫੁੱਲਾਂ ਤਰ੍ਹਾਂ ਲੱਗੇ ਐਡੇ ਸੋਹਣੇ ਹੱਥ ਹਨ ਤੁਹਾਡੀ ਕੌਮ ਕੀ ਹੈ ਅਸਾਂ ਬਲੋਚ ਹੁੰਨੇ ਆ ਹੈ ਲਾ ਬਾਜੀ ਮੈਨੂੰ ਦੁੱਧ ਪਾ ਇੱਕ ਮੱਗਾ ਤੇ ਪਿਵਾ ਦੇ ਇਨ ਪਲੀਤ ਹੱਥ ਨੂੰ ਪਿੱਛੇ ਕਰ ਲੈ ਮੈਂ ਕਿਹੜਾ ਖੋਤੇ ਫੱਦੀ ਵਤਿਆ ਕਿ ਮੇਰੇ ਹੱਥ ਪਲੀਤ ਹਨ ਅੱਛਾ ਬਾਜੀ ਤੁਸੀਂ ਹੁਣ ਕਦੋਂ ਆਉਣਾ ਬਾਜੀ ਪਰਦੇਸੀਆਂ ਦਾ ਕੋਈ ਟਿਕਾਣਾ ਨਹੀਂ ਹੁੰਦਾ ਬੰਦਾ ਆਇਆ ਆਇਆ ਨਹੀਂ ਆਇਆ ਤੇ ਨਾ ਸੀ ਤੂੰ ਜਦੋਂ ਵੀ ਹੁਣ ਇਸ ਪਿੰਡ ਤੇ ਚਾਣਾ ਨਾ ਮੇਰੇ ਕੋਲ ਜ਼ਰੂਰ ਆਵੀਂ ਠੀਕ ਹੈ ਜ਼ਰੂਰ ਆਸਾ ਬਾਜੀ ਤੇ ਪੈਸੇ ਦਿਓ ਚਾ ਹਾਂ ਪੈਸੇ ਤੇ ਦੇਣੇ ਮੇਰੀ ਭੈਣ ਪੈਸੇ ਦੇ ਜਿਗੜਿਆ ਤੁਹਾਡੀ ਕਿਹੜੀ ਜਗ੍ਹਾ ਤੇ ਰਹਿਸ਼ ਹੈ ਜੀ ਐਸ ਖੋਤੇ ਨੂੰ ਲਗਾਮ ਪਾ ਕੇ ਰੱਖੋ ਸਿਰਫ ਲਗਾਮ ਤੂੰ ਹੀ ਪਾ ਸਕਨੀ ਹੋਰ ਕੋਈ ਨਹੀਂ ਉਸਨੇ ਮੇਰੀ ਗੱਲ ਸੁਣ ਲੈ ਕੋਈ ਬੂਹੇ ਤੇ ਆ ਜਾਵੇ ਨਾ ਤੁਹਾਨੂੰ ਇੰਜ ਬਿੱਜ਼ਤ ਨਹੀਂ ਕਰੀਂਦਾ ਮੈਂ ਉਹਦੇ ਨਾਲ ਕੋਈ ਬਦਤਮੀਜ਼ੀ ਕੀਤੀ ਤੇ ਹੋਰ ਤੂੰ ਕੀ ਕਰਦਾ ਸਿਰੇ ਪਿਆਰ ਦੀਆਂ ਗੱਲਾਂ ਕੀਤੀਆਂ ਆ ਮੇਰੀ ਗੱਲ ਸੁਣ ਦੀਆਂ ਪੈਣਾ ਹਰ ਦੀਆਂ ਸਾਂਝੀਆਂ ਦੇਣ ਤੂੰ ਮੇਰੇ ਘਰ ਬਾਹ ਕੇ ਤੇ ਇਹੋ ਜਿਹੀ ਹਰਕਤਾਂ ਕਰਦਾ ਮੈਂ ਕੋਈ ਸ਼ਰਮ ਕੀਤੀ ਗੱਲ ਤੈਨੂੰ ਮੈਂ ਜਾਣਨਾ ਤੂੰ ਵੀ ਬੜਾ ਬਦਤਮੀਜ਼ ਹੈ ਮੈਨੂੰ ਇਸ ਕੰਮ ਤੇ ਲਾਇਆ ਹੀ ਤੂੰ ਹੈ ਤੇ ਮੈਂ ਉਹਨੇ ਦਾ ਮਗਰਾ ਕਰਨਾ ਬਸ ਉਸ ਮੈਨੂੰ ਚਮਾਟ ਮਾਰੀ ਚੱਲ ਜਾ ਦਫਾ ਹੋ ਗਿਆ ਮੇਰੀ ਹੁਣ ਜ਼ਿੱਦ ਤੇ तू मैनू चमाट मार के लिखे ले आई है ते इत्थे तैनू कौन बचाई सी मेरे तो ए मेरी गल सुन वे तेनू अगे चपेड़ वजी बोल गई है मेरी गल सुन तेनू तमीज जरा भी नहीं है बोलन दी किसे ना तमीज जान होवे ते दफा हो इत्थों मुड़ चमाट मार दित्ती लत दुध ले लो दुध दूत ना दाचिया दा दुध ना दूध विच ना तू कल्ली क्यों विच नहीं हैं ਓਹੀ ਤੇ ਮੈਂ ਚਾਹੁੰਦਾ ਮੂੰਹ ਤੂੰ ਮੈਨੂੰ ਕੱਲੀ ਮਿਲੇ ਮੈਂ ਜਿਹੜਾ ਤੈਨੂੰ ਵੇਖਿਆ ਨਾ ਤੇ ਮੈਂ ਤੇਰਾ ਦੀਵਾਨਾ ਹੋ ਗਿਆ ਦੀਵਾਨਾ ਕੀ ਹੋ ਗਿਆ ਸਾਡੇ ਪਿੰਡ ਵਿੱਚ ਮਹਿਮਾਨ ਆਈ ਹੋਈ ਹੈ ਤੂੰ ਬਦਤਮੀਜ਼ੀ ਕਰ ਰਿਹਾ ਮਹਿਮਾਨ ਆਈ ਹੋਈ ਤੇਰੀ ਕੀ ਲੱਗਦੀ ਦੱਸ ਤੇਰੀ ਭੈਣ ਲੱਗਦੀ ਮੇਰੀ ਤੇ ਮਸ਼ੂਕ ਲੱਗਦੀ ਭੈਣ ਤੇਰੀ ਉਹ ਮਸ਼ੂਕ ਮੇਰੀ ਹੈ ਹੈ ਛੱਡ ਦੇ ਛੱਡ ਦੇ ਐਵੇਂ ਛੱਡ ਦੇ ਮੈਂ ਆਸਰਾ ਬੰਨੀ ਪਿੱਤਰ ਮੇਰਾ ਇਹ ਮੇਰੀ ਜਾਨ ਹੈ ਜਾਨ ਮੈਂ ਨਹੀਂ ਛੱਡਾ ਜਾਨ ਤੇ ਜ਼ਾਇਆ ਕਰ ਦੇ ਸਾ ਗੋਲਿਆ ਜਾਨੂੰ ਮਾਂ ਤੇ ਆਸ਼ਿਕ ਆ ਮੈਂ ਨਹੀਂ ਛੱਡਾ ਜਾਨੂੰ ਆਏ ਆਸ਼ਿਕਾਂ ਨੂੰ ਮਰੀਂਦਾ ਨਹੀਂ ਹੁੰਦਾ ਉਹਨਾਂ ਨਾਲ ਪਿਆਰ ਕਰੀਂਦਾ ਮੇਰੇ ਨਾਲ ਪਿਆਰ ਕਰ ਮੇਰਾ ਸ਼ਹਜ਼ਾਦਾ ਸਿਰਫ ਇਹ ਹੈਗਾ ਤੂੰ ਨਹੀਂ ਹੈ ਕਰਮਾ ਲਈਏ ਡੇਢ ਦੇ ਗਲੀਆਂ ਫਿਰਨੀਆਂ ਛੱਡ ਦੇ ਤੇ ਚੱਲ ਮੇਰਾ ਨਾਲ ਐਸੀ ਦੁਨੀਆ ਦੀ ਨੁੱਕਰ ਤੇ ਚੱਲੀਏ ਜਿੱਥੇ ਪਿਆਰ ਹੀ ਪਿਆਰ ਹੋਏ ਆ ਦੱਸ ਉਹ ਮੈਂ ਤਾਂ ਛਡਾਇ ਜੋ ਮੈਨੂੰ ਕੋਈ ਕੁੱਤਾ ਨਾ ਵਾਟ ਲਵੇ ਮੇਰੇ ਤਾਂ ਹੱਥ ਹੀ ਮੱਜੇ ਪੈਣਾ